ਦੋਸਤੋ ਆਹ ਫੈਕਟਰੀ ਦੇਖੋ, ਪਿੰਡ ਚੂਰਨੀ, ਬਲੋਕ ਇੰਦਰੀ, ਜ਼ਿਲ੍ਹਾ ਕਰਨਾਲ ਦੇ ਵਿੱਚ ਹੈ। ਆਹ ਤੁਸੀਂ ਇਹਦਾ ਧੂੰਆਂ ਦੇਖ ਸਕਦੇ ਹੋ, ਬਿਲਕੁਲ ਕਾਲਾ। ਕੀ ਹਾਲ ਬਣ ਰਿਹਾ ਉੱਤੇ, ਆਹ ਦੇਖੋ ਬਿਲਕੁਲ ਕਾਲਾ ਧੂੰਆਂ ਕਿਵੇਂ ਚੱਲ ਰਿਹਾ। ਇਹ ਪਿੰਡ ਚੂਰਨੀ, ਬਲੋਕ ਇੰਦਰੀ, ਡਿਸਟ੍ਰਿਕਟ ਕਰਨਾਲ ਦੀ ਹੈ। ਇਹ ਦਿਨ ਰਾਤ ਚੱਲ ਰਹੀ ਹੈ, ਇਹਦਾ ਕੋਈ ਪ੍ਰਦੂਸ਼ਣ ਨਹੀਂ ਹੈਗਾ। ਆਹ ਵੇਖੋ ਤੇ ਨਿਰੇ ਟਾਇਰ ਚਲਾਏ ਜਾ ਰਹੇ ਨੇ, ਇਹਦੇ ਚ ਬਿਲਕੁਲ ਕਾਲਾ ਧੂੰਆਂ, ਨਿਰੇ ਟਾਇਰ ਚਲਾਏ ਜਾ ਰਹੇ ਨੇ, ਇਹਦਾ ਕੋਈ ਪੋਲਿਊਸ਼ਨ ਨਹੀਂ ਹੈਗਾ। ਅਗਰ ਜ਼ਿਮੀਂਦਾਰ ਅੱਗ ਲਾ ਦੇ ਆਪਣੇ ਕਿਸੇ ਇੱਕ ਅੱਧੇ ਕਿੱਲੇ ਪਰਾਲੀ 'ਚ, ਤੇ ਉਹਦਾ ਧੂੰਆਂ ਦਿੱਲੀ, ਅਮੈਰੀਕਾ ਤੱਕ ਜਾਂਦਾ ਹੈ। ਇਹ ਸਰਕਾਰਾਂ ਦੀ ਮਾੜੀ ਸੋਚ, ਮਾੜੀ ਨੀਤੀ ਹੈ। ਔਰ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ, ਮੋਦੀ ਤੱਕ ਜਾਣੀ ਚਾਹੀਦੀ ਹੈ ਵੀ ਆਹ ਘੱਟੋ ਘੱਟ ਵੀ 10 ਫੁੱਟ ਚੌੜੀ ਤੇ ਚਿਮਣੀ ਹੈ ਇਹਦੀ, ਠੀਕ ਹੈ, ਤੇ ਕਿੰਨਾ ਧੂੰਆਂ ਜਾ ਰਿਹਾ ਹੈ, ਠੀਕ ਹੈ। ਦੋਸਤੋ ਸਾਰੇ ਦੱਬ ਕੇ ਸ਼ੇਅਰ ਕਰੋ।